ਦਰਸ਼ਕੋ ਤੁਸੀਂ ਦੇਖ ਰਹੇ ਹੋ ਦੁਆਬਾ ਟਾਈਮਸ। ਅੱਜ ਅਸੀਂ ਪਿੰਡ ਨਿਜਾਮਦੀਪੁਰ ਵਿਖੇ ਪਹੁੰਚੇ ਹਾਂ, ਜਿੱਥੇ ਕਿ ਜਿਹੜੇ ਆ ਪ੍ਰਵਾਸੀ ਮਜ਼ਦੂਰ ਆ ਜੋ ਕਿ ਨੈਸ਼ਨਲ ਹਾਈਵੇ ਸੜਕ ਕਿਨਾਰੇ ਜਿਹੜਾ ਸ਼ਹਿਰਕੰਦੀ ਦੀ ਰੇਹੜੀ ਲਗਾ ਕੇ ਆਪਣਾ ਜਿਹੜਾ ਗੁਜ਼ਰ ਬਸਰ ਕਰ ਰਹੇ ਆ। ਅਤੇ ਉਹਨਾਂ ਦੇ ਕਹਿਣ ਮੁਤਾਬਕ ਜਿਹੜੇ ਆ ਦੁਪਹਿਰ ਦੇ 2:30 ਦੇ ਕਰੀਬ ਲੁੱਟ ਖੋਹ ਦੀ ਵਾਰਦਾਤ ਹੋਈ ਆ, ਅਤੇ ਲੁਟੇਰਿਆਂ ਵੱਲੋਂ ਇੱਕ ਮੋਬਾਈਲ ਫੋਨ ਔਰ 3,000 ਰੁਪਈਆ ਸੀਗਾ, ਅਤੇ ਲੁੱਟ ਕੇ ਸ਼ਰੇਆਮ ਲੈ ਚੁੱਕੇ ਆ। ਉਹ ਦੱਸਿਆ ਗਿਆ ਕਿ ਜਿਹੜਾ ਕਿ ਮੋਟਰਸਾਈਕਲ ਸੀਗਾ, ਜਿਹੜਾ ਜਿਸ ਦੀਆਂ ਨੰਬਰ ਪਲੇਟਾਂ ਤੋਂ ਬਿਨਾਂ ਸੀ ਸਪਲੈਂਡਰ ਮੋਟਰਸਾਈਕਲ ਸੀਗਾ, ਉਹ ਵੀ ਜਿਹੜਾ ਕਿਸ਼ਨਗੜ੍ਹ ਖੜ੍ਹਾ ਪਾਇਆ ਗਿਆ ਇੱਕ ਸਵੀਟ ਸ਼ੌਪ ਦੀ ਦੁਕਾਨ ਦੇ ਬਾਹਰ। ਆਓ ਅਸੀਂ ਗੱਲਬਾਤ ਕਰਦੇ ਜਿਹੜਾ ਲੁੱਟ ਖੋਹ ਹੋਈ ਆ। ਹਾਂਜੀ, ਕਿਆ ਨਾਮ ਹੈ ਜੀ ਆਪਕਾ? ਗੋਰੀ। ਤੋ ਜੇ ਵਾਰਦਾਤ ਆਪਸੇ ਲੁੱਟ ਕੀ ਕਬ ਹੋਈ? 2 ਵਜੇ। ਤੋ ਕਿਆ ਕਿਆ ਲੁੱਟ ਕੇ ਲੈ ਗਏ ਆਪਸੇ? ਫੋਨ ਔਰ ਪੈਸੇ 3,000। ਅਤੇ ਮੋਬਾਈਲ ਫੋਨ ਔਰ ਪੈਸੇ 3,000 ਨਾ। ਤੋ ਉਸਕੇ ਪਾਸ ਕੋਈ ਪਛਾਣ ਲੈਂਗੇ ਬੰਦੋ ਕੋ ਜੋ ਮੂੰਹ ਬੰਦੇ ਥੇ ਜਾਂ ਕੈਸੇ? ਪਹਿਚਾਣ ਲੈਂਗੇ ਅਗਰ ਸਾਹਮਣੇ ਆ ਜਾਏ ਤੋ। ਅਗਰ ਸਾਹਮਣੇ ਆ ਗਏ ਤਾਂ ਪਛਾਣ ਲੈਂਗੇ। ਤੋ ਜੋ ਮੋਟਰਸਾਈਕਲ ਹੈ ਉਹ ਕਿਸ਼ਨਗੜ੍ਹ ਮੇਂ ਖੜਾ ਪਾਇਆ ਗਿਆ ਜੈਸੇ? ਹਾਂ, ਕਿਸ਼ਨਗੜ੍ਹ। ਤੋ ਉਸਕੀ ਫੋਟੋ ਦਿਖਾਣਾ ਆਪ ਜੈਸੇ? ਦਿਖਾਓ ਇੱਧਰ ਦਰਸ਼ਕਾਂ ਨੂੰ। ਹਾਂਜੀ ਦਰਸ਼ਕੋ, ਆ ਜਿਹੜਾ ਮੋਟਰਸਾਈਕਲ ਸੀਗਾ ਜਿਸ 'ਤੇ ਲੁਟੇਰੇ ਸਵਾਰ ਸਨ, ਉਹ ਕਿਸ਼ਨਗੜ੍ਹ ਵਿਖੇ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਇਲਾਕੇ ਦੇ ਵਿੱਚ ਜਿਹੜੀਆਂ ਲੁੱਟਾਂ ਦੀਆਂ ਵਾਰਦਾਤਾਂ ਬਹੁਤ ਜ਼ਿਆਦਾ ਵੱਧ ਰਹੀਆਂ ਆ। ਪਿਛਲੇ ਦਿਨ ਵੀ ਇੱਕ ਰਾਹਗੀਰ ਤੋਂ 2 ਪਿਸਤੌਲ ਦਿਖਾ ਕੇ ਪੈਸੇ ਲੁੱਟ ਲਏ ਗਏ ਸੀਗੇ, ਔਰ ਥੋੜ੍ਹਾ ਦਿਨ ਪਹਿਲਾਂ ਹੀ ਇੱਕ ਆਂਡਿਆਂ ਦੀ ਰੇਹੜੀ 'ਤੇ ਨਿਜ਼ਾਮਦੀਪੁਰ ਅੱਡੇ 'ਚ ਇੱਕ ਪੁਲਿਸ ਮੁਲਾਜ਼ਮ 'ਤੇ ਹਮਲਾ ਕਰਕੇ ਇਸਨੂੰ ਜ਼ਖਮੀ ਕਰ ਦਿੱਤਾ ਗਿਆ ਸੀਗਾ। ਇਲਾਕੇ ਵਿੱਚ ਵੱਧ ਰਹੀਆਂ ਲੁੱਟਾਂ ਹੋਣਗੀਆਂ ਵਾਰਦਾਤਾਂ ਦੇ ਕੋਈ ਠੱਲ ਪਾਵੇਗਾ ਜਾਂ ਫਿਰ ਇਸ ਤਰ੍ਹਾਂ ਪ੍ਰਸ਼ਾਸਨ ਕੁੰਭਕਾਂ ਦੀ ਨੀਂਦ ਸੁੱਤਾ ਰਹੇਗਾ? ਬਿਊਰੋ ਰਿਪੋਰਟਸ, ਗੁਰਪ੍ਰੀਤ ਬੱਲ, ਦੁਆਬਾ ਟਾਈਮਸ।